ਹਿੰਦੂ ਆਗੂ ਦੁਰਗਾ ਗੁਪਤਾ ਦੇ ਕਤਲ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ ਯਾਨੀ NIA ਦੀ ਪੁੱਛਗਿੱਛ ਤੋਂ ਤੰਗ ਆਏ ਇੱਕ ਵਿਅਕਤੀ ਨੇ ਖੰਨਾ ਵਿੱਚ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਜਿਸ ਚੌਂਕ ਵਿੱਚ ਹਿੰਦੂ ਆਗੂ ਦਾ ਕਤਲ ਹੋਇਆ ਸੀ ਉੱਥੇ ਮ੍ਰਿਤਕ ਮੋਚੀ ਰਾਮਪਾਲ ਵਾਸੀ ਬਿੱਲਾ ਵਾਲੀ ਛੱਪੜੀ ਖੰਨਾ ਫੜੀ ਲਗਾਉਂਦਾ ਸੀ। ਪਰਿਵਾਰ ਮੁਤਾਬਕ ਕਤਲ ਮਾਮਲੇ ਦੀ ਜਾਂਚ ਕਰ ਰਹੀ NIA ਦੀ ਟੀਮ ਰਾਮਪਾਲ ਨੂੰ ਗਵਾਹ ਬਣਾਉਣਾ ਚਾਹੁੰਦੀ ਸੀ ਅਤੇ ਇਸੇ ਲਈ ਕਈ ਵਾਰ NIA ਵੱਲੋਂ ਰਾਮਪਾਲ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਚੁੱਕਿਆ ਸੀ। ਇਸੇ ਕਾਰਨ ਪਰੇਸ਼ਾਨ ਹੋ ਕੇ ਰਾਮਪਾਲ ਨੇ ਸਰਹਿੰਦ ਨਹਿਰ ਵਿੱਚ ਛਲਾਂਗ ਮਾਰ ਕੇ ਮੇਰੇ ਫਾਦਰ ਸਾਹਿਬ ਨੇ ਅੱਜ ਨਹਿਰ ਦੇ ਵਿੱਚ ਛਾਲ ਮਾਰ ਕੇ ਸੁਸਾਈਡ ਕਰ ਲਿਆ। ਕਾਰਨ ਇਹਦਾ ਇਹ ਹੈ ਕਿ ਵੀ ਪਿਛਲੇ ਕੁਝ ਸਾਲਾਂ ਕੁਝ ਸਮੇਂ ਪਹਿਲਾਂ ਦੁਰਗਾ ਗੁਪਤਾ ਹੱਤਿਆਕਾਂਡ ਹੋਇਆ ਸੀਗਾ, ਉਸ ਦੇ ਵਿੱਚ ਮੇਰੇ ਡੈਡੀ ਵੀ ਉਸ ਕਾਂਡ ਦੇ ਕਰਕੇ ਮੇਰੇ ਡੈਡੀ ਨੂੰ ਗਵਾਹ ਬਣਾਇਆ ਜਾ ਰਿਹਾ ਸੀਗਾ। ਮੇਰੇ ਡੈਡੀ ਨੂੰ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਕਰਿਆ ਜਾ ਰਿਹਾ ਸੀ। ਪੁਲਿਸ ਕਦੇ ਉਹਨਾਂ ਨੇ ਇਹ ਸਾਨੂੰ ਪੂਰੇ ਕਲੀਅਰਲੀ ਨਹੀਂ ਦੱਸਿਆ ਕਿ ਵੀ ਮੇਰੇ ਬੱਚੇ ਨਾ ਪਰੇਸ਼ਾਨ ਹੋਣ, ਇਸ ਕਰਕੇ ਉਹਨਾਂ ਨੇ ਸਾਨੂੰ ਨਹੀਂ ਆਪਣੇ ਤੱਕ ਇਹ ਗੱਲ ਰੱਖੀ। ਕਦੇ ਉਹਨਾਂ ਨੂੰ ਕਿਹੜੀ ਪੁਲਿਸ ਬੁਲਾਉਂਦੀ ਸੀ, ਕਦੇ ਕੋਈ ਬੁਲਾਉਂਦਾ ਸੀ, ਕਦੇ ਉਹਨਾਂ ਨੂੰ ਕੁਛ ਕਿਹਾ ਜਾਂਦਾ ਸੀ, ਉਹਨਾਂ ਨੂੰ ਥੋੜ੍ਹਾ ਜਿਹਾ ਧੱਕਾ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਸੀ ਤੂੰ ਮੰਨ ਜਾ, ਤੂੰ ਦੱਸ ਦੇ, ਤੂੰ ਪਛਾਣ ਕਰ। ਉਹ ਕਹਿੰਦੇ ਮੈਂ ਦੇਖਿਆ ਹੀ ਨਹੀਂ ਹੈਗਾ। ਫਿਰ ਵੀ ਪੁਲਿਸ ਉਹਨਾਂ ਨੂੰ ਹਰ ਤੀਜੇ ਚੌਥੇ ਦਿਨ ਬੁਲਾਉਂਦੀ ਸੀ, ਕਦੇ ਕਿਤੇ ਬੁਲਾਉਂਦੀ ਸੀ, ਕਦੇ ਕਿਸੇ ਜਗ੍ਹਾ 'ਤੇ ਬੁਲਾਉਂਦੀ ਸੀ। ਇਸ ਲਈ ਮੇਰਾ ਡੈਡੀ ਪਰੇਸ਼ਾਨ ਹੋ ਕੇ ਅੱਜ ਉਹਨੇ ਆਤਮ ਹੱਤਿਆ ਕਰ ਲਈ।